ਮੇਰੇ ਫਰੈਂਡਸ, ਜਿੰਨੀ ਵੀ ਮੈਂ ਤੁਹਾਨੂੰ ਅੱਜ ਇਹ ਗੱਲਬਾਤ ਕਰਾਂਗਾ, ਲੇਕਿਨ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਦਿਲਾਉਣਾ ਕਿ ਪੂਰੀ ਵੀਡੀਓ ਦੇਖਿਓ, ਕਿਉਂਕਿ ਇਹਦੇ ਵਿੱਚ ਮੈਂ ਇੱਕ ਪਿਕਚਰ ਜਿਹੜੀ ਹੈਗੀ ਆ ਫਿਲਮ ਲੈ ਕੇ ਆਇਆ ਐਂਡ 'ਤੇ ਜਾ ਕੇ, ਜਦੋਂ ਮੇਰੀ ਗੱਲਬਾਤ ਖਤਮ ਹੋਏਗੀ ਐਂਡ 'ਤੇ ਮੈਂ ਇੱਕ ਤੁਹਾਨੂੰ ਫਿਲਮ ਦਿਖਾਵਾਂਗਾ, ਵੀਡੀਓ ਦਿਖਾਵਾਂ ਜਿਹਦੇ ਵਿੱਚ ਇੱਕ ਹੀਰੋ ਦੀ ਛਵੀ ਨੂੰ ਕਿੱਦਾਂ ਖਰਾਬ ਕੀਤਾ ਜਾਂਦਾ ਉਹ ਦਿਖਾਇਆ ਗਿਆ, ਉਹ ਦੱਸਿਆ ਗਿਆ। ਸੋ ਪੂਰੀ ਵੀਡੀਓ ਜ਼ਰੂਰ ਦੇਖਿਓ। ਸਰਕਾਰ ਨੇ ਜਿਹੜੀਆਂ ਟਰੈਵਲ ਇੰਡਸਟਰੀ ਦੇ ਉੱਪਰ FIR ਦਰਜ ਕੀਤੀਆਂ ਨੇ ਜਲੰਧਰ ਦੇ ਵਿੱਚ 20 ਲੋਕਾਂ 'ਤੇ, 20 ਉਹ ਲੋਕ ਨੇ ਜਿਹੜੇ ਸਰਕਾਰ ਦੇ ਅੱਗੇ ਪਿਛਲੇ 3 ਸਾਲ ਤੋਂ ਜਾਂ ਪਿਛਲੇ 4 ਸਾਲ ਤੋਂ ਡਾਟਾ ਦੇ ਕੇ ਆਏ ਨੇ, ਆਪਣੇ ਐਡਰੈਸ ਪਤਾ ਦੇ ਕੇ ਆਏ ਨੇ, ਆਪਣੇ ਦਫ਼ਤਰ ਦਾ ਨਾਮ ਦੇ ਕੇ ਆਏ ਨੇ, ਆਪਣਾ ਨਾਮ ਦੇ ਕੇ, ਆਪਣੇ ਆਧਾਰ ਕਾਰਡ, ਰਾਸ਼ਨ ਕਾਰਡ, ਸਾਰੀਆਂ ਚੀਜ਼ਾਂ ਦੇ ਕੇ ਆਏ ਨੇ, ਅਤੇ ਸਰਕਾਰ ਦੇ ਕੋਲ ਐਪਲੀਕੇਸ਼ਨ ਦੇ ਰਹੇ ਨੇ ਕਿ ਅਸੀਂ ਟਰੈਵਲ ਇੰਡਸਟਰੀ ਦੇ ਵਿੱਚ ਵਪਾਰ ਕਰ ਰਹੇ ਹਾਂ ਸਹੀ ਔਰ ਸਾਫ਼ ਸੁਥਰੇ ਤਰੀਕੇ ਦੇ ਨਾਲ, ਅਤੇ ਫਿਊਚਰ ਦੇ ਵਿੱਚ ਕਾਨੂੰਨ ਤਰੀਕੇ ਦੇ ਨਾਲ ਜੋ ਤੁਸੀਂ ਇਹ ਪੋਲਿਸੀ ਸਟਾਰਟ ਕੀਤੀ ਆ ਕੰਮ ਕਰਨਾ ਚਾਹੁੰਦੇ ਹੋ। ਸੋ ਲੇਕਿਨ ਸਰਕਾਰ ਨੇ ਸਿਰਫ ਇਹ ਜਿਹੜਾ ਐਫਰਟਸ ਕੀਤਾ, ਇਹ ਜਿਹੜਾ ਕੰਮ ਕੀਤਾ ਬਹੁਤ ਹੀ ਗਲਤ ਕੀਤਾ। ਅਸੀਂ ਇਹ ਨਹੀਂ ਕਹਿੰਦੇ ਸਾਡੀ ਟਰੈਵਲ ਇੰਡਸਟਰੀ ਕਿ ਤੁਸੀਂ ਕਾਰਵਾਈ ਨਾ ਕਰੋ, ਕਾਰਵਾਈ ਕਰੋ, ਲੇਕਿਨ ਕਾਨੂੰਨ ਤਰੀਕੇ ਦੇ ਨਾਲ ਔਰ ਗਲਤ ਲੋਕਾਂ ਦੇ ਉੱਪਰ ਕਾਰਵਾਈ ਕਰੋ, ਨਾ ਕਿ ਉਹ ਬੇਕਸੂਰ ਲੋਕਾਂ ਨੂੰ ਤੁਸੀਂ FIR ਦਰਜ ਕਰਕੇ ਪਰੇਸ਼ਾਨ ਕਰੋ। ਜਦੋਂ ਤੁਸੀਂ ਇੱਕ ਕੰਸਲਟੈਂਟ ਨੂੰ, ਇੱਕ ਹੀਰੋ, ਅਸੀਂ ਸਾਡੀ ਨਜ਼ਰ ਦੇ ਵਿੱਚ ਜਿਹੜਾ ਬੱਚਿਆਂ ਦਾ ਕਰੀਅਰ ਬਣਾ ਰਿਹਾ, ਫਿਊਚਰ ਬਣਾ, ਲੱਖਾਂ ਦੀ ਤਦਾਦ ਦੇ ਨਾਲ ਪੰਜਾਬ ਦੇ ਵਿੱਚੋਂ ਬੱਚੇ ਫਿਊਚਰ ਬਣਾ ਰਹੇ ਨੇ, ਸਟੱਡੀ ਵੀਜ਼ਾ 'ਤੇ ਜਾ ਕੇ ਜਾਂ ਵਰਕ ਪਰਮਿਟ 'ਤੇ ਜਾ ਕੇ ਜਾਂ ਟੂਰਿਸਟ ਕਿਸੇ ਵੀ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਕਰੀਅਰ ਬਣਾ ਰਹੇ ਨੇ, ਸਕਸੈਸ ਹੋ ਰਹੇ ਨੇ। ਸੋ ਜਦੋਂ ਬੱਚਾ ਜਾ ਕੇ ਕਰੀਅਰ, ਉਹ ਇੱਕ ਤਰ੍ਹਾਂ ਦਾ ਹੀਰੋ ਹੈਗਾ ਜਿਹੜਾ ਉਹਨਾਂ ਦਾ ਕਰੀਅਰ ਬਣਾ ਰਿਹਾ। ਸੋ ਪੰਜਾਬ ਸਰਕਾਰ ਨੂੰ ਇਹ ਗਲਤ ਜਿਹੜਾ ਸਟੈਪ ਹੈਗਾ ਇਮੀਗ੍ਰੇਸ਼ਨ ਇੰਡਸਟਰੀ ਦੇ ਉੱਪਰ ਜਿਹੜਾ ਉਹਨਾਂ ਨੇ ਚੱਕਿਆ, ਬਹੁਤ ਹੀ ਗਲਤ ਹੈਗਾ, ਨਿੰਦਾਯੋਗ ਕਦਮ ਹੈਗਾ। ਪੰਜਾਬ ਸਰਕਾਰ ਇਹ ਭੁੱਲ ਰਹੀ ਹੈਗੀ ਹੈ, ਪ੍ਰਸ਼ਾਸਨ ਇਹ ਭੁੱਲ ਰਿਹਾ ਹੈਗਾ ਕਿ ਉਹ ਜਨਤਾ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਇੱਕ ਹੀਰੋ ਦੀ ਛਵੀ ਨੂੰ ਖਰਾਬ ਕਰ ਰਹੇ ਹੈਗੇ ਨੇ। ਉਹ ਜਦੋਂ ਹੀਰੋ ਦੀ ਛਵੀ ਖਰਾਬ ਹੁੰਦੀ ਹੈ, ਜੋ ਪੰਜਾਬ ਦੀ ਇੰਡਸਟਰੀ ਹੈ ਪਹਿਲਾਂ ਹੀ ਕੰਗਾਲ ਹੋ ਚੁੱਕੀ ਹੈ, ਬੰਦ ਹੋ ਚੁੱਕੀ ਹੈ, ਫੈਕਟਰੀਆਂ ਜਾਂ ਟ੍ਰੇਡ ਸਾਰੇ ਦਾ ਸਾਰਾ ਪੰਜਾਬ 'ਚੋਂ ਖਤਮ ਹੋ ਚੁੱਕਿਆ, ਇੱਕ ਟਰੈਵਲ ਇੰਡਸਟਰੀ ਹੀ ਐਸੀ ਇੰਡਸਟਰੀ ਹੈ ਜਿਹੜੀ ਸਟਿਲ ਬਚੀ ਹੋਈ ਹੈ, ਪੰਜਾਬ ਦਾ ਜਿਹੜਾ ਪੰਜਾਬ ਸਰਕਾਰ ਦਾ ਜਾਂ ਕਾਨੂੰਨ ਦਾ ਜਿਹੜਾ ਪ੍ਰਸ਼ਾਸਨ ਦਾ ਇਸ ਤਰ੍ਹਾਂ ਦਾ ਗੰਦਾ ਭੱਦਾ ਰਵੱਈਆ ਰਹੇਗਾ, ਤਾਂ ਪੰਜਾਬ ਦੇ ਵਿੱਚੋਂ ਇੰਡਸਟਰੀ ਜਾਣ ਨੂੰ ਕੋਈ ਬਹੁਤਾ ਟਾਈਮ ਨਹੀਂ ਲੱਗੇਗਾ। ਔਰ ਜਦੋਂ ਇੰਡਸਟਰੀ ਪੰਜਾਬ ਦੇ ਵਿੱਚੋਂ ਖਤਮ ਹੋ ਜਾਏਗੀ, ਟਰੈਵਲ ਇੰਡਸਟਰੀ, ਇਹਦੇ ਜਿਹੜੇ ਪਰਿਣਾਮ ਹੈਗੇ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਭੁਗਤਣੇ ਪੈਣਗੇ, ਔਰ ਬਹੁਤ ਹੀ ਗਲਤ ਸਿੱਟੇ ਨਿਕਲਣਗੇ ਜੋ ਕਿ ਸਰਕਾਰ ਤੋਂ ਕੰਟਰੋਲ 'ਚ ਨਹੀਂ ਆਏਗਾ। ਸਰਕਾਰ ਇੱਕ ਟਰੈਵਲ ਇੰਡਸਟਰੀ ਦਾ ਜਿਹੜਾ ਕੰਮ ਕਰ ਰਿਹਾ ਲੀਗਲ ਤਰੀਕੇ ਦਾ ਬੰਦਾ ਹੈਗਾ, ਉਹ ਇੱਕ ਐਜ਼ ਅ ਹੀਰੋ ਹੈਗਾ, ਲੇਕਿਨ ਸਰਕਾਰ ਉਸ ਹੀਰੋ ਨੂੰ ਗਲਤ ਤਰੀਕੇ ਦੇ ਨਾਲ ਪਬਲਿਕ ਦੇ ਸਾਹਮਣੇ ਜਾਂ ਮੀਡੀਆ ਦੇ ਸਾਹਮਣੇ ਰੀਪ੍ਰਜੈਂਟ ਕਰ ਰਹੀ ਹੈ, ਜਿਹਦਾ ਪ੍ਰਣਾਮ ਇੱਥੇ ਦੇ ਸਾਡੇ ਪੰਜਾਬ ਦੇ ਬੇਰੁਜ਼ਗਾਰ ਜਿਹੜੇ ਨੌਜਵਾਨ ਹੋਣਗੇ ਜਾਂ ਹੋ ਰਹੇ ਨੇ ਲਗਾਤਾਰ, ਉਹਨਾਂ ਨੌਜਵਾਨਾਂ ਨੂੰ ਭੁਗਤਣਾ ਪਏਗਾ। ਉਹ ਬੱਚੇ, ਉਹ ਪਰਿਵਾਰ ਜਿਹਨਾਂ ਦਾ ਰੋਜ਼ੀ ਰੋਟੀ ਦਾ ਕੋਈ ਵੀ ਇੱਥੇ ਜ਼ਰੀਆ ਨਹੀਂ ਹੈਗਾ, ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਇੱਕ ਝੁੱਗੀ ਤੋਂ ਕੋਠੀ ਖੜੀ ਕਰ ਰਹੇ ਨੇ, ਵੱਡੇ ਵੱਡੇ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰ ਰਹੇ ਨੇ, ਇੰਟਰਨੈਸ਼ਨਲ ਲੈਵਲ ਦਾ ਐਕਸਪਲੋਜ਼ਰ ਲੈ ਰਹੇ ਨੇ। ਸੋ ਉਸ ਹੀਰੋ ਨੂੰ ਜਿਹੜੀ ਪੰਜਾਬ ਸਰਕਾਰ ਹੈਗੀ ਹੈ ਜਾਂ ਜਿਹੜੀ ਇਹ ਪ੍ਰਸ਼ਾਸਨ ਹੈਗਾ, ਉਹਦੀ ਛਵੀ ਖਰਾਬ ਕਰ ਰਹੇ ਨੇ। ਮੈਂ ਇੱਕ ਵੀਡੀਓ ਦੇ ਜ਼ਰੀਏ ਤੁਹਾਨੂੰ ਦਿਖਾਵਾਂਗਾ, ਮੇਰੇ ਕੋਲ ਇੱਕ ਵੀਡੀਓ ਹੈਗੀ ਹੈ, ਮੈਂ ਉਹ ਵੀਡੀਓ ਤੁਹਾਨੂੰ ਸ਼ੋਅ ਕਰਾਂਗਾ ਰਾਈਟ ਨਾਓ। ਮੈਂ ਵੀਡੀਓ ਦਿਖਾਵਾਂਗਾ ਤੁਹਾਨੂੰ ਕਿ ਜਿਹੜੀ ਹੀਰੋ ਹੈਗਾ ਪੰਜਾਬ ਸਰਕਾਰ, ਉਹਨੂੰ ਕਿਸ ਤਰੀਕੇ ਨਾਲ ਗਲਤ ਜੱਜ ਕਰ ਰਹੀ ਹੈ ਜਾਂ ਜਨਤਾ ਦੇ ਵਿੱਚ ਉਹਦੀ ਛਵੀ ਨੂੰ ਗਲਤ ਦਿਖਾਇਆ ਜਾ ਰਿਹਾ। ਸੋ ਦੇਖ ਰਹੇ ਸਾਰੇ ਵਿਊਵਰਸ, ਦੇਖ ਰਹੇ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਤੁਸੀਂ ਇਹ ਵੀਡੀਓ ਜਿਹੜੀ ਅੱਗੇ ਨੈਕਸਟ ਵੀਡੀਓ ਆ ਰਹੀ ਹੈ, ਉਹ ਵੀਡੀਓ ਨੂੰ ਦੇਖੋ, ਵਾਚ ਕਰੋ ਕਿ ਰੇਲ ਦੇ ਵਿੱਚ ਟਰੈਵਲ ਕੰਸਲਟੈਂਟ ਜਿਹੜਾ ਲੀਗਲ ਤਰੀਕੇ ਨਾਲ ਕੰਮ ਕਰ ਰਿਹਾ, ਈ ਇਜ਼ ਏ ਹੀਰੋ, ਈਜ਼ ਅ ਰੀਅਲੀ ਹੀਰੋ, ਉਹ ਇਹ ਹੀਰੋ ਹੈਗਾ, ਉਹਦੀ ਛਵੀ ਨੂੰ ਜਨਤਾ ਦੇ ਸਾਹਮਣੇ ਕਿਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਜਾਂ ਉਹਨੂੰ ਕਿਸ ਤਰੀਕੇ ਦੇ ਨਾਲ ਗਲਤ ਜੱਜ ਕੀਤਾ ਜਾ ਰਿਹਾ, ਇਸ ਵੀਡੀਓ ਦੇ ਜ਼ਰੀਏ ਮੈਂ ਤੁਹਾਡੇ ਸਾਹਮਣੇ ਰੀਪ੍ਰਜੈਂਟ ਕਰਾਂਗਾ। Suspicious individual in green shirt. You copy? You copy? Copy. Follow. Can I see your passport? Any problem? Your passport, please. Okay. Passport. Come this side. But why? I need an explanation. Follow me, or you're going to be in trouble. Excuse me? Give me your bag. Check this. Agent. Take off your shirt.
I said, take off your shirt. Remove that. Where? Thank you. Can you come fast? Officer, she needs help. Sit down. Officer, she needs help. Somebody call an ambulance. Huh? I'm a doctor. Let me do my duty. Trust me. Tissue, please. You're fine. You're perfectly all right. Thank you. He's fine. Move! Out of the way, people! Get her out! She's fine. She just needs switches. Are you Dr. Moran from India? Yeah. I saw your interview in the morning paper. Oh, thank you. You're so lucky. At the moment, your health is at risk. You had one of the best surgeons in the world a minute away. Thank you, sir. No problem. Take it. Sorry. We're extremely sorry for your inconvenience, sir. It's okay. Na pesra bhashayum potrukra dress unda ungalku prachana na maara vendiyadhu na illa. Neenga da. Sir? Don't judge a book by its cover, bro. Okay, sir. Your pen, sir. Thank you. Salute! ਦੇਖਿਆ ਕਿ ਇਸ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਅੱਛੇ ਡਾਕਟਰਸ ਨੂੰ ਇੱਕ ਅੱਛੇ ਸਿਟੀਜ਼ਨ ਨੂੰ ਇੱਕ ਸਿਰਫ ਉਹਦੀ ਛਵੀ ਖਰਾਬ ਕੀਤੀ ਗਈ ਜਾਂ ਉਹਨੂੰ ਹਿੰਦੁਸਤਾਨੀ ਸਮਝ ਕੇ ਜਾਂ ਉਹਦਾ ਪਹਿਰਾਵਾ ਸਮਝ ਕੇ ਉਹਨੂੰ ਗਲਤ ਜੱਜਮੈਂਟ ਕੀਤੀ ਗਈ ਹੈ ਸੋ ਠੀਕ ਉਸੇ ਤਰ੍ਹਾਂ ਜਿਹੜਾ ਟਰੈਵਲ ਲੀਗਲ ਤਰੀਕੇ ਨਾਲ ਟਰੈਵਲ ਏਜੰਟ ਟਰੈਵਲ ਕੰਸਲਟੈਂਟ ਕੰਮ ਕਰ ਰਿਹਾ ਉਹ ਵੀ ਇਸ ਠੀਕ ਹੀਰੋ ਦੀ ਤਰ੍ਹਾਂ ਹੈਗਾ ਲੇਕਿਨ ਉਹਦੀ ਛਵੀ ਨੂੰ ਗਲਤ ਜੱਜ ਕੀਤਾ ਜਾਂਦਾ ਜਨਤਾ ਗਲਤ ਜੱਜ ਕਰਦੀ ਹੈ ਜਾਂ ਪ੍ਰਸ਼ਾਸਨ ਗਲਤ ਜੱਜ ਕਰਦਾ ਹੈ ਜਾਂ ਸਾਡੀ ਸਮੇਂ ਦੀਆਂ ਸਰਕਾਰਾਂ ਗਲਤ ਜੱਜ ਕਰਦੀਆਂ ਨੇ ਸੋ ਟਰੈਵਲ ਏਜੰਟ ਇਜ਼ ਨੋਟ ਏਜੰਟ ਹੀ ਇਜ਼ ਏ ਨੋਟ ਏ ਚੋਰ ਹੀ ਇਜ਼ ਅ ਰੀਅਲੀ ਪ੍ਰੋਫੈਸ਼ਨਲ ਹੀ ਇਜ਼ ਅ ਰੀਅਲੀ ਕੈਰੀਅਰ ਬਿਲਡਰ ਜਿਹੜਾ ਕਿ ਹਜ਼ਾਰਾਂ ਕਰੋੜਾਂ ਬੱਚਿਆਂ ਦਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਸੈਕਟਰ ਦੇ ਵਿੱਚ ਕਰੀਅਰ ਬਣਾਉਂਦਾ ਰਿਹਾ ਹੀ ਇਜ਼ ਅ ਰੀਅਲੀ ਹੀਰੋ ਹੀ ਜਸਟ ਲਾਈਕ ਦੈਟਸ ਵੀਡੀਓ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇਜ਼ ਲਾਈਕ ਵੀਡੀਓ ਹੀਰੋ ਸੋ ਮੈਂ ਰਿਕੁਐਸਟ ਕਰਾਂਗਾ ਸੋ ਡੋਂਟ ਜੱਜ ਰੋਂਗ ਟੂ ਦ ਟਰੈਵਲ ਏਜੰਟ ਥੈਂਕ ਯੂ